Pater. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਮਰ ਮਿਊਜ਼ਿਕ ਅਕੈਡਮੀ ਦੇ ਬੱਚੇ, ਜੋ ਕਿ ਆਪ ਜੀ ਨੂੰ ਰਾਗ ਮਲਾਰ ਵਿੱਚ ਸ਼ਬਦ ਬਰਸਕ ਨਾਮ ਮੇਰਾ ਪਿਰ ਕਰ ਆਇਆ ਸੁਣਾ ਰਹੇ ਸੀ। ਰਾਗ ਮਲਾਰ ਭਾਦੋ ਮਹੀਨੇ ਵਿੱਚ ਗਾਇਆ ਜਾਂਦਾ ਹੈ। ਅੱਜ ਦੇ ਇਸ ਸ਼ਬਦ ਨਾਲ ਬੱਚਿਆਂ ਦੇ ਗੁਰਮਤਿ ਸੰਗੀਤ ਪ੍ਰੋਗਰਾਮ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੇ ਲਈ ਖਿਮਾ ਦੇ ਜਾਚਕ ਹਾਂ। ਹੁਣ ਮੈਂ ਬੇਨਤੀ ਕਰਦਾ ਹਾਂ ਗੁਰੂ ਘਰ ਦੇ ਸਕੱਤਰ ਭਾਈ ਜਸਵਿੰਦਰ ਸਿੰਘ ਜੀ ਨੂੰ, ਉਹ ਆ ਕੇ ਸਟੇਜ ਦੀ ਸੇਵਾ ਸੰਭਾਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3 ਰੋਜ਼ਾ ਜੋਤ ਗੁਰਮਤਿ ਸੰਗੀਤ ਸਮਾਗਮ ਦੇ ਦੂਸਰੇ ਦਿਨ ਦੇ ਪੜਾਅ 'ਤੇ ਆਪ ਸੰਗਤਾਂ ਨੇ ਇਹਨਾਂ ਬੱਚਿਆਂ ਪਾਸੋਂ ਰਾਗਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਬੜੇ ਸੁੰਦਰ ਅੰਦਾਜ਼ ਦੇ ਵਿੱਚ ਬੱਚਿਆਂ ਨੇ ਕੀਰਤਨ ਕੀਤਾ ਹੈ ਔਰ ਬੜੇ ਟਿਕਾਅ ਦੇ ਵਿੱਚ ਆਪ ਸੰਗਤਾਂ ਨੇ ਬੈਠ ਕੇ ਸਰਵਣ ਕੀਤਾ ਹੈ। ਆਪ ਸਭਨਾਂ ਦਾ, ਬੱਚਿਆਂ ਦਾ, ਬੱਚਿਆਂ ਦੇ ਮਾਤਾ ਪਿਤਾ ਦਾ ਅਤੇ ਬੱਚਿਆਂ ਦੇ ਜੋ ਟੀਚਰ ਅਧਿਆਪਕ ਹਨ ਜਿਨ੍ਹਾਂ ਪਾਸੋਂ ਇਹ ਰਾਗ ਵਿੱਦਿਆ ਸਿੱਖ ਰਹੇ ਹਨ, ਉਹਨਾਂ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਥੋੜ੍ਹਾ ਜਿਹਾ ਸਮਾਂ ਜਿਹੜਾ ਆਪਾਂ ਕੱਲ੍ਹ ਨਾਲੋਂ ਆਪਾਂ ਮੇਕਅਪ ਕੀਤਾ, ਅੱਜ ਮੈਂ ਉਸਨੂੰ ਜ਼ਿਆਦਾ ਗੱਲਾਂ ਕਰਕੇ ਅਜਾਈ ਨਾ ਗਵਾਵਾਂ। ਡਾਕਟਰ ਸਾਹਿਬ ਜੀ ਤੋਂ ਆਪਾਂ ਲਾਹਾ ਲਈਏ, ਡਾਕਟਰ ਗੁਰਨਾਮ ਸਿੰਘ ਜੀ, ਉਹ ਆਪ ਜੀ ਨੂੰ ਹੁਣ ਕੀਰਤਨ ਸਰਵਣ ਕਰਵਾਉਣਗੇ। ਉਪਰੰਤ ਜਿੰਨੇ ਵੀ ਬੱਚੇ ਜਿਹੜਿਆਂ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ ਭਾਗ ਲਿਆ ਹੈ, ਉਹਨਾਂ ਬੱਚਿਆਂ ਨੂੰ ਅਵਾਰਡ ਦਿੱਤੇ ਜਾਣੇ ਹਨ। ਸਾਰੇ ਹੀ ਬੱਚੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹਾਜ਼ਰ ਰਹਿਣ ਦੀ ਕਿਰਪਾਲਤਾ ਕਰਨ, ਆਸ ਹੈ ਕਿ ਬੇਨਤੀ ਪ੍ਰਵਾਨ ਕਰੋਗੇ। ਬੱਚਿਆਂ ਦੇ ਮਾਤਾ ਪਿਤਾ ਔਰ ਅਧਿਆਪਕ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਦੀਵਾਨ ਹਾਲ ਦੇ ਵਿੱਚ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਜੀ। ਡਾਕਟਰ ਸਾਹਿਬ ਜੀ ਦੇ ਕੀਰਤਨ ਤੋਂ ਬਾਅਦ ਬੱਚਿਆਂ ਨੂੰ ਅਵਾਰਡ ਦਿੱਤੇ ਜਾਣਗੇ। ਸੋ ਸਰਵਣ ਕਰੋ ਗੁਰਬਾਣੀ ਕੀਰਤਨ ਡਾਕਟਰ ਗੁਰਨਾਮ ਸਿੰਘ ਜੀ ਹੋਰਾਂ ਦੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ।